ਸਾਨੂੰ ਅੱਜ ਮੁੱਖਮੰਤਰੀ ਸਾਹਿਬ ਨੇ ਇੱਕ ਲੋਲੀਪੌਪ ਹੋਰ ਦੇ ਦਿੱਤਾ ਵੀ ਤੁਹਾਨੂੰ ਅਸੀਂ 10 ਤਰੀਕ ਨੂੰ ਮਿਲਾਂਗੇ। ਜਦੋਂ ਕਿ 9 ਦੀ ਕੈਬਨਿਟ ਮੀਟਿੰਗ ਹੈ 10 ਨੂੰ ਮਿਲਣ ਦਾ ਕੀ ਮਤਲਬ ਆ? ਜਾਂ ਤਾਂ ਸਾਡੇ ਮਸਲੇ ਹੱਲ ਕਰੇ ਜਾਂ ਫਿਰ ਸਾਨੂੰ ਜਵਾਬ ਦੇਵੇ ਜਾਂ ਫਿਰ ਹਸਪਤਾਲ ਬੰਦ ਕਰ ਦੇ। ਜਿਹੜੇ ਹਸਪਤਾਲ ਵਿੱਚ ਇਹ ਲੋਕ ਕੰਮ ਕਰਦੇ ਨੇ, ਇਹ ਲੋਕ ਸਿਹਤ ਸਹੂਲਤਾਂ ਦਿੰਦੇ ਨੇ ਤੇ ਇਹ ਲੋਕ ਸੜਕਾਂ ਦੇ ਨੇ ਤੇ ਸਿਹਤ ਸਹੂਲਤਾਂ ਕਿਵੇਂ ਦਿੱਤੀਆਂ ਜਾ ਸਕਦੀਆਂ ਗੀਆਂ? ਥਾਂ ਥਾਂ ਤੇ ਹੋਰਡਿੰਗ ਬੋਰਡ ਲੱਗੇ ਤੁਸੀਂ ਦੇਖੀ ਹੋਣੇ ਆ। ਚੰਨੀ ਸਰਕਾਰ ਨੇ ਹਰੇਕ ਸਿਟੀ ਦੇ ਵਿੱਚ ਹਰੇਕ ਗਲੀ ਦੇ ਮੋੜ ਤੇ 36,000 ਮੁਲਾਜ਼ਮ ਪੱਕਾ ਜੀ, 36,000 ਮੁਲਾਜ਼ਮ ਪੱਕਾ ਜੀ, ਆਮ ਪਬਲਿਕ ਭੋਲੇ ਭਾਲੇ ਲੋਕਾਂ ਨੂੰ ਪਿੱਛੇ ਲਾਉਣ ਲਈ ਇੰਨਾ ਵੱਡਾ ਝੂਠ ਬੋਲਿਆ। ਅਸੀਂ ਇਸ ਝੂਠਾਂ ਦੀ ਪੰਡ ਆ ਜਿਹੜੀ ਉਹ ਚੰਨੀ ਸਾਹਿਬ ਦੀ ਸਾਰੇ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਤੇ ਸਾਡੀ ਸ਼ਕਤੀ ਜਿਹੜੀ ਹੈਗੀ ਆ ਉਹਦਾ ਪਤਾ ਚੰਨੀ ਸਰਕਾਰ ਨੂੰ ਵੋਟਾਂ ਵੇਲੇ ਲੱਗੂਗਾ। ਜਿੱਥੇ ਜਿੱਥੇ ਚੰਨੀ ਸਰਕਾਰ ਨੇ ਹੋਲਡਿੰਗ ਬੋਰਡ ਝੂਠੇ ਬੋਰਡ ਲਾਇਆ ਉੱਥੇ ਉੱਥੇ ਅਸੀਂ ਇੱਕ ਇੱਕ ਫਲੈਕਸ ਉਹਦੇ ਝੂਠਾਂ ਦੀ ਪੰਡ ਦੀ ਜਿਹੜੀ ਹੈਗੀ ਆ ਕਲੀਅਰ ਕਲੈਰੀਫਾਈ ਕਰਕੇ ਉਹਦੀ ਹੋਲਡਿੰਗ ਬੋਰਡ ਦੇ ਸਾਹਮਣੇ ਲਾਵਾਂਗੇ, ਹਰੇਕ ਸ਼ਹਿਰ 'ਚ ਲਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫਾਈਟਰ ਨਿਊਜ਼ ਤੇ ਮੈਂ ਬਠਿੰਡਾ ਤੋਂ ਜਸਕਰਨ ਸਿੰਘ। ਜਿਸ ਤਰ੍ਹਾਂ NHM ਦੇ ਕੱਚੇ ਕਾਮੇ ਲਗਾਤਾਰ ਹੜਤਾਲ ਤੇ ਜਾਰੀ ਨੇ, ਅੱਜ ਉਹਨਾਂ ਵੱਲੋਂ ਇੱਕ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ। ਅਸੀਂ ਤੁਹਾਨੂੰ ਦਿਖਾ ਦਈਏ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ 36,000 ਮੁਲਾਜ਼ਮ ਜੋ ਆਪਣਾ ਕੱਚੇ ਬਹਿ ਦੇ ਕਾਮੇ ਉਹਨਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ, ਉਹਨਾਂ ਵੱਲੋਂ ਲਗਾਤਾਰ ਵਾਅਦਾ ਕੀਤਾ ਜਾ ਕੇ ਸਾਡੇ ਵੱਲੋਂ 36,000 ਮੁਲਾਜ਼ਮ ਪੱਕੇ ਕੀਤੇ ਗਏ ਨੇ। ਤੁਸੀਂ ਦੇਖ ਰਹੇ ਹੋ ਕਿ ਉਹਦੇ ਨਾਲ ਹੀ NHM ਜੋ ਕਾਮੇ ਨੇ ਉਹਨਾਂ ਵੱਲੋਂ ਇੱਕ ਫਲੈਕਸ ਬਣਾਈ ਗਈ ਹੈ ਜੋ ਨਿਰਾ ਝੂਠ ਦਿਖਾਇਆ ਜਾ ਰਿਹਾ। ਤੁਸੀਂ ਦੇਖ ਰਹੇ ਹੋ ਤਸਵੀਰਾਂ, ਇਹ ਜੋ ਇੱਕ ਫਲੈਕਸ ਹੈ ਇਹ ਆਖਿਆ ਕਿ ਸਰਕਾਰ ਵੱਲੋਂ ਨਿਰਾ ਝੂਠ ਬੋਲਿਆ ਜਾ ਰਿਹਾ ਲਗਾਤਾਰ ਇਹਨਾਂ ਵੱਲੋਂ ਜੋ ਇਸ ਆਪਣਾ 31,000 ਜੋ ਆਪਣੇ ਮੁਲਾਜ਼ਮ ਕੀਤੇ ਸਰਕਾਰ ਵੱਲੋਂ ਪੱਕੇ ਉਹਨਾਂ ਦੇ ਵਿਰੋਧ ਦੇ ਵਿੱਚ ਇਹਨਾਂ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ। ਅੱਜ ਇਹਨਾਂ ਵੱਲੋਂ ਕੁਝ ਪੈਫਲੇਟ ਵੰਡੇ ਜਾ ਰਹੇ ਨੇ, ਸਾਡੇ ਨਾਲ ਕੁਝ ਆਗੂ ਜੁੜੇ ਨੇ ਜੋ ਇਹਨਾਂ ਵੱਲੋਂ ਅੱਜ ਇੱਕ ਲੋਕਾਂ ਨੂੰ ਦਿਖਾਇਆ ਜਾਵੇਗਾ ਕਿ ਜੋ ਇਹ ਪੈਫਲੇਟ ਵੰਡੇ ਗਏ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕੀ ਕਹਿੰਦੇ ਨੇ ਸਾਡੇ ਨਾਲ ਆਗੂ ਨੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਰਿੰਦਰ ਕੁਮਾਰ ਆ ਜੀ। ਇਹ ਸਮੂਹ NHM ਦੇ ਕਰੋਨਾ ਯੋਧੇ ਹੈਗੇ ਨੇਗੇ। ਅਸੀਂ ਪਿਛਲੇ 18-19 ਦਿਨਾਂ ਤੋਂ ਜਿਹੜੇ ਹੈਗੇ ਪੰਜਾਬ ਸਰਕਾਰ ਦੇ ਪੋਲ ਖੋਲ ਜਿਹੜੇ ਰੈਲੀਆਂ ਕਰ ਰਹੇ ਹਾਂ, ਪਰ ਪੰਜਾਬ ਸਰਕਾਰ ਨੂੰ ਇਹ ਕਰੋਨਾ ਯੋਧੇ ਨਹੀਂ ਦੇਖ ਰਹੇ। ਪੰਜਾਬ ਸਰਕਾਰ ਹਰ ਰੋਜ਼ ਇੱਕ ਨਵੀਂ ਕੈਬਨਿਟ ਮੀਟਿੰਗ ਦਾ ਭਰੋਸਾ ਦਿੰਦੀ ਹੈ ਵੀ ਇਸ ਕੈਬਨਿਟ ਵਿੱਚ ਤੁਹਾਡੇ ਜਿਹੜੇ ਬਿੱਲ ਪਾਸ ਕਰ ਦਾਂਗੇ, ਪਰ ਪਾਸ ਨਹੀਂ ਕਰ ਰਹੀ। ਸਾਡੀ ਕੱਲ੍ਹ ਵਾਲੀ ਜਿਹੜੀ ਅੱਜ ਦੀ ਜਿਹੜੀ ਫਾਜ਼ਿਲਕਾ ਰੈਲੀ ਸੀਗੀ, ਸਾਨੂੰ ਅੱਜ ਮੁੱਖ ਮੰਤਰੀ ਸਾਹਿਬ ਨੇ ਇੱਕ ਲੋਲੀਪੌਪ ਹੋਰ ਦੇ ਦਿੱਤਾ ਵੀ ਤੁਹਾਨੂੰ ਅਸੀਂ 10 ਤਰੀਕ ਨੂੰ ਮਿਲਾਂਗੇ। ਜਦੋਂ ਕਿ 9 ਦੀ ਕੈਬਨਿਟ ਮੀਟਿੰਗ ਹੈ 10 ਨੂੰ ਮਿਲਣ ਦਾ ਕੀ ਮਤਲਬ ਆ? ਜਾਂ ਤਾਂ ਸਾਡੇ ਮਸਲੇ ਹੱਲ ਕਰੇ ਜਾਂ ਫਿਰ ਸਾਨੂੰ ਜਵਾਬ ਦੇਵੇ ਜਾਂ ਫਿਰ ਹਸਪਤਾਲ ਬੰਦ ਕਰ ਦੇ। ਜਿਹੜੇ ਹਸਪਤਾਲ ਵਿੱਚ ਇਹ ਲੋਕ ਕੰਮ ਕਰਦੇ ਨੇ, ਇਹ ਲੋਕ ਸਿਹਤ ਸਹੂਲਤਾਂ ਦਿੰਦੇ ਨੇ ਤੇ ਇਹ ਲੋਕ ਸੜਕਾਂ ਦੇ ਨੇ ਤੇ ਸਿਹਤ ਸਹੂਲਤਾਂ ਕਿਵੇਂ ਦਿੱਤੀਆਂ ਜਾ ਸਕਦੀਆਂ ਗੀਆਂ? ਸੋ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਨੇ, ਮੰਗ ਕਰਦੇ ਆ ਜਿਹੜੇ ਕਰੋਨਾ ਯੋਧੇ ਹੈਗੇ ਨੇ ਉਹਨਾਂ ਨੂੰ ਫੌਰੀ ਤੌਰ 'ਤੇ ਬਗੈਰ ਸ਼ਰਤ ਤੋਂ ਪੱਕਾ ਕੀਤਾ ਜਾਵੇ। ਸਾਡੇ ਨਾਲ ਕੁਝ ਹੋਰ ਵੀ NHM ਕਾਮੇ ਜੋੜੇ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਕਹਿੰਦੇ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਕੀ ਨਾਂ ਤੁਹਾਡਾ? ਮੇਰਾ ਨਾਮ ਬਲਵਿੰਦਰ ਕੌਰ ਹੈ, ਮੈਂ ਐਜ ਏ CHO 2013 ਤੋਂ ਮੈਂ ਐਜ ਏ NCD ਸਟਾਫ ਨਰਸ ਕੰਮ ਕਰ ਰਹੀ ਹਾਂ। ਅੱਜ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਇਹੀ ਤੁਹਾਡੇ ਵੱਲੋਂ ਦਿਖਾਇਆ ਜਾ ਰਿਹਾ ਕਿ 36,000 ਜੋ ਸਰਕਾਰ ਵੱਲੋਂ ਮੁਲਾਜ਼ਮ ਪੱਕੇ ਕੀਤੇ ਗਏ ਨੇ, ਲੇਕਿਨ ਇਹ ਤੁਹਾਡੇ ਵੱਲੋਂ ਇੱਕ ਅਨੋਖੇ ਢੰਗ ਦਾ ਪ੍ਰਦਰਸ਼ਨ ਕੀਤਾ, ਕੀ ਕਹਿ ਰਹੇ ਹੋ ਤੁਸੀਂ? ਸਰ, ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਹਾਂ, ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਸੜਕਾਂ 'ਤੇ ਉਤਰਨ ਲਈ। ਅੱਜ ਅਸੀਂ ਅਨੋਖੇ ਢੰਗ ਨਾਲ ਪ੍ਰਦਰਸ਼ਨ ਕਰਨ ਲਈ ਇਸ ਲਈ ਸੜਕਾਂ 'ਤੇ ਆਏ ਹਾਂ ਕਿਉਂਕਿ ਥਾਂ ਥਾਂ 'ਤੇ ਹੋਲਡਿੰਗ ਬੋਰਡ ਲੱਗੇ ਤੁਸੀਂ ਦੇਖੇ ਹੋਣੇ ਆ। ਚੰਨੀ ਸਰਕਾਰ ਨੇ ਹਰੇਕ ਸਿਟੀ ਦੇ ਵਿੱਚ ਹਰੇਕ ਗਲੀ ਦੇ ਮੋੜ ਤੇ 36,000 ਮੁਲਾਜ਼ਮ ਪੱਕਾ ਜੀ, 36,000 ਮੁਲਾਜ਼ਮ ਪੱਕਾ ਜੀ, ਆਮ ਪਬਲਿਕ ਭੋਲੇ ਭਾਲੇ ਲੋਕਾਂ ਨੂੰ ਪਿੱਛੇ ਲਾਉਣ ਲਈ ਇੰਨਾ ਵੱਡਾ ਝੂਠ ਬੋਲਿਆ। ਅਸੀਂ ਇਸ ਝੂਠਾਂ ਦੀ ਪੰਡ ਆ ਜਿਹੜੀ ਉਹ ਚੰਨੀ ਸਾਹਿਬ ਦੀ ਸਾਰੇ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਵੀ ਜਿਹੜੇ ਮੁਲਾਜ਼ਮ ਤੁਸੀਂ ਪੱਕੇ ਕੀਤੇ ਆ ਸਾਨੂੰ ਉਹਨਾਂ ਬਾਰੇ ਦੱਸਿਆ ਜਾਵੇ। ਜਿਹੜੇ ਕੱਚੇ ਮੁਲਾਜ਼ਮ ਆ ਉਹ ਤਾਂ ਅੱਜ ਵੀ ਸੜਕਾਂ 'ਤੇ ਰੁਲ ਰਹੇ ਆ। ਇਹ ਉਹ ਮੁਲਾਜ਼ਮ ਨੇ ਸਰ ਜਿਹੜੇ COVID-19 ਦੇ ਦੌਰਾਨ ਆਪਣੀ ਜਾਨ 'ਤੇ ਖੇਡ ਕੇ ਲੱਖਾਂ ਲੋਕਾਂ ਦੀ ਜਾਨ ਬਚਾਈ, ਜਿਨ੍ਹਾਂ ਨੇ ਆਪਣੇ ਘਰ ਦਾ ਫੈਮਿਲੀ ਦਾ ਕਿੰਨੇ ਕਿੰਨੇ ਮਹੀਨੇ ਮੂੰਹ ਨਹੀਂ ਦੇਖਿਆ, ਮੌਤ ਦੇ ਮੂੰਹ 'ਚ ਜਾ ਕੇ ਉਹਨਾਂ ਲੋਕਾਂ ਦੀ ਸੇਵਾ ਕੀਤੀ, ਉਹ ਕਰੋਨਾ ਯੋਧੇ ਆ। ਅਸੀਂ ਉਹਨਾਂ ਨੇ ਉਹਨਾਂ ਸਰਕਾਰ ਨੇ ਸਾਨੂੰ ਕਰੋਨਾ ਯੋਧੇ ਦਾ ਖਿਤਾਬ ਦਿੱਤਾ, ਬਟ ਅਸੀਂ ਉਹਨਾਂ ਦਾ ਕਰੋਨਾ ਯੋਧੇ ਵਾਲਾ ਖਿਤਾਬ ਵੀ ਵਾਪਸ ਕਰਨ ਲੱਗੇ ਹਾਂ। ਜੇ ਉਹ ਵਾਕਿਆ ਹੀ ਸਾਨੂੰ ਕਰੋਨਾ ਯੋਧੇ ਸਮਝਦੀ ਤਾਂ ਅੱਜ ਸਾਨੂੰ ਸੜਕਾਂ 'ਤੇ ਰੋਲਣ ਲਈ ਮਜਬੂਰ ਨਾ ਕਰਦੀ। ਜਿਹੜੇ 36,000 ਮੁਲਾਜ਼ਮ ਪੱਕੇ ਵਾਲੀ ਗੱਲ ਹੈ ਇਹ ਬਿਲਕੁਲ ਹੀ ਝੂਠ ਹੈ, ਨਿਰਾ ਝੂਠ ਦੀ ਪੰਡ ਹੈ। ਅਸੀਂ ਚੰਨੀ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ, ਅੱਜ ਅਸੀਂ ਆਪਣੇ ਹਜੇ ਅਲੱਗ ਅਲੱਗ ਅੰਦਰ ਦਾਇਰਿਆਂ ਦੇ ਅੰਦਰ ਰਹਿ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜਾਂ ਸੜਕ 'ਤੇ ਹਾਂ, ਬਟ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਚੰਨੀ ਸਰਕਾਰ ਦਾ ਟਾਈਮ ਆ, ਆਉਣ ਵਾਲਾ ਟਾਈਮ ਆ ਜਿਹੜਾ ਸਾਡਾ ਹੋਊਗਾ। ਭਾਵੇਂ ਚੰਨੀ ਸਰਕਾਰ ਇਹ ਸੋਚ ਰਹੀ ਹੋਊਗੀ ਵੀ ਅਸੀਂ ਕੋਡ ਆਫ ਕੰਡਕਟ ਲਾ ਦਾਂਗੇ ਉਸ
उस तो बाद की कर लेंगे, बट साड़ी शक्ति जिहड़ी हैगी पता चन्नी सरकार नूं वोटां वेले लगेगा। जिथे जिथे चन्नी सरकार ने होर्डिंग बोर्ड झूठे बोर्ड लाया उत्थे उत्थे असीं एक एक फ्लैक्स उहदे झूठां दी पंड दी जिहड़ी हैगी क्लीयर क्लैरीफाई करके उहदी होर्डिंग बोर्ड दे सामने लावांगे, हरेक शहर च लावांगे। बिल्कुल जी, वोटां तों बाद तुहाडे वल्लों किस तरहां दा विरोध कीता जाऊगा इलैक्शन दे? वोटां तों बाद नहीं सर, वोटां तों पहलां ही विरोध कीता जाऊगा, वोटां तक विरोध कीता जाऊगा। साडी जिहड़ी जॉब है जिहड़ा असीं लोकां नूं सर्व करदे हां, सर्विसिज साडियां ग्राउंड लैवल ते पैरीफरी लैवल ते इह उह कम है वी इहनां विच 50% जिहड़े पैरीफरी लैवल ते ग्राउंड लैवल ते लोकां नूं सर्विसिज प्रोवाइड करदे आ, जिवें पिंडां दे विच सर्विसिज प्रोवाइड करदे आ। असीं हरेक पिंड दे विच कल्ले कल्ले घर दे विच जा के एक एक बंदे नूं मोटीवेट करांगे ते चन्नी सरकार दीआं करतूतां बारे दस्सांगे। बिल्कुल जी, इहनां दा कहिणा है कि असीं सरकार दे पूरी तरहां पुल खोलांगे। जो सरकार ने वादे कीते कि असीं 36,000 मुलाजमां नूं हुण तक अभी आपणा पक्का कीता है, लेकिन इहनां ने कहा कि इह सिर्फ निरे झूठ दी पंड है, जिस नूं लै के इहनां ने अज्ज इक अनोखे ढंग दे नाल रोस प्रदर्शन कीता। बठिंडा तों फैक्टरी जिली जसकरन मीत दी रिपोर्ट।